ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੂ ਤਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅinje ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਆਗਣੇ ਬੀਰਾਂ ਦੇ ਲਈ ਸਰਕਾਰ ਦਾ ਵੱਡਾ ਐਲਾਨ ਹੁਣ ਮਿਲੇਗੀ ਪੱਕੀ ਨੌਕਰੀ ਤਾਂ ਦੋਸਤੋ ਸਾਬਕਾ ਅਗਨੀ ਬਿਰਾਂਦ ਲਈ ਵੱਡਾ ਐਲਾਨ ਕੀਤਾ ਗਿਆ ਜਿਸ ਤਹਿਤ CISF ਅਤੇ BSF ਦੇ ਵਿੱਚ 10% ਸੀਟਾਂ ਉਹਨਾਂ ਲਈ ਰਾਖਮੀਆਂ ਹੋਣਗੀਆਂ CISF ਅਤੇ BSF ਦੇ ਮੁਖੀਆਂ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਉਹਨਾਂ ਨੇ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਫੈਸਲੇ ਦੇ ਅਨੁਸਾਰ ਸਬੰਧਤਾਂ ਬਲਾਂ ਦੇ ਵਿੱਚ ਕਾਂਸਟੇਬਲਾਂ ਦੀਆਂ 10% ਅਸਾਮੀਆਂ ਸਾਬਕਾ ਫਾਇਰਫਾਈਟਰਾਂ ਦੇ ਲਈ ਰਾਖਮੀਆਂ ਹੋਣਗੀਆਂ CISF ਦੇ ਡਾਇਰੈਕਟਰ ਜਨਰਲ ਨੀਨਾ ਸੰਗਣਿਕ ਕੇਂਦਰੀ ગ્રામੰਤਰਾਲੇ ਨੇ ਸਾਬਕਾ ਅਗਨੀ ਬਿਰਾਂ ਦੇ ਭਾਰਤ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ ਜਿਸ ਤਹਿਤ ਸਈਅਸਫ ਸਾਬਕਾ ਅਗਨੀ ਬਿਰਾਂ ਦੇ ਭਾਰਤ ਦੇ ਪ੍ਰਕਿਰਿਆ ਵੀ ਤਿਆਰ ਕਰ ਰਹੀ ਹੈ ਅਗਲੀ ਖਬਰ ਸੀਐਮ ਮਾਨ ਦੇ ਵੱਲੋਂ ਮੋਟਰਾਂ ਤੇ ਚਾਰ-ਚਾਰ ਬੂਟੇ ਲਾਉਣ ਦੀ ਅਪੀਲ ਪੰਜਾਬ ਦੇ ਵਿੱਚ ਲੱਗਣਗੇ 3 ਕਰੋੜ ਪੌਦੇ ਤਾਂ دوستੋ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ੍ਰੀ ਸੁਭਿਰ ਬੈਚਾ ਹਰਿਆਵਲ ਅਧੀਨ ਰਾਕਬਾ ਵਧਾਉਣ ਦੇ ਲਈ ਸਮੂਹ ਕਿਸਾਨਾਂ ਨੂੰ ਆਪਣੀਆਂ ਖੇਤਾਂ ਬਾਲੀਆਂ ਮੋਟਰਾਂ ਟੂਬਲਾਂ ਤੇ ਆਲੇ ਦੁਆਲੇ ਘਟੋ ਘਟਾ ਚਾਰ ਚਾਰ ਪੌਦੇ ਲਾਉਂਦੇ ਆ ਪਿਲ ਕੀਤਾ ਸੁਭਿਰ ਬੈਚਾ ਪੌਦੇ ਲਾਉਣ ਦੇ ਮਹਿੰਮ ਦਾ ਜਾਇਜ਼ਾ ਲੈਣ ਦੇ ਲਈ ਇੱਥੇ ਆਪਣੇ ਦਫ਼ਤਰ ਵਿਖੇ ਮੀਟਿੰਗ ਦੇ ਪ੍ਰਧਾਨਗੇ ਕਰਦੇ ਆ ਮੱਖ ਮੰਤਰੀ ਨੇ ਸਪਸ਼ਟ ਤੌਰ ਤੇ ਕਹਿ ਕੇ ਸੁਭਿਰ ਬੈਚਾ ਜੰਗਲਾਤ ਦੇ ਅਧੀਨ ਰਾਕਬਾ ਵਧਾਉਣਾ ਸਮੇਂ ਦੇ ਲੋੜਾਂ ਉਹਨਾਂ ਨੇ ਕਹਿ ਕੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਤਕਰੀਬਨ 3 ਕਰੋੜ ਬੂਟੇ ਲਾਉਂਦਾ ਟੀਚਾ ਮਿਠਾ ਗਿਆ ਜਿਸ ਤਹਿਤ ਆਉਂਦੇ ਦਿਨਾਂ ਦੇ ਵਿੱਚ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਆਵਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਕਿਸਾਨ ਇਸ ਮੁਹਿੰਮ ਨੂੰ ਲੋਕਾਂ ਲਹਿਰ ਦੇ ਵਿੱਚ ਬਦਲਣ ਦੇ ਲਈ ਸਰਗਰਮ ਹੋ ਸਕਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਤੇ ਉਸੇ ਤਰ੍ਹਾਂ ਉਸ ਦੇ ਵਿੱਚ ਹਰਿਆਵਲ ਦੇ ਅਧੀਨ ਰਕਬਾ ਵਧਾਉਣ ਦੇ ਲਈ ਵੀ ਵੱਡੀ ਭੂਮਿਕਾ ਨਿਭਾ ਸਕਦੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਖਬਰਾਂ ਬਹੁਤਾਂ ਮਹੱਤਵਪੂਰਨ ਹਨ ਆਪਣੇ ਯਾਰਾ ਦੋਸਤਾ ਮਿੱਤਰਾਂ ਦੇ ਨਾਲ WhatsApp ਆ ਫੇਸਬੁੱਕ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ ਸੀਐਮਾ ਭਗਵੰਤ ਮਾਨ ਸਣੇ ਸਾਰੇ ਮੰਤਰੀਆਂ ਦੇ ਘਰਾਂ ਨੂੰ ਪਾਉਣਗੇ ਕੇਰਾ ਤਾਂ ਦੋਸਤੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ 17 ਅਗਸਤ 2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀਆਂ ਦੇ ਘਰਾਂ ਦੇ ਬੱਲੇ ਮੁੰਜਾਰੇ ਕਰਕੇ 3 ਘੰਟੇ ਲਈ ਧਰਨੇ ਦਿੱਤੇ ਜਾਣਗੇ ਇਹ ਫੈਸਲਾ ਬੀਤੇ ਦਿਨੀ ਸੰਜਗਤ ਕਿਸਾਨ ਮੋਰਚਰ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮਨਜੀਤ ਸੰਘਾ ਧਨੇਰਾ ਜੰਗਵੀਰਾ ਸੰਘਾ ਚਾਹਾਨਕ ਕੰਬਲਪ੍ਰੀਤ ਸੰਘਾ ਪਨੁਅਤੇ ਹਰਮਿੰਦਰ ਸੰਘਾ ਪਟਿਆਲ ਦੇ ਪ੍ਰਧਾਨ ਦੇ ਹੇਠ ਹੋਈ ਮੀਟਿੰਗ ਦੇ ਵਿੱਚ ਕੀਤਾ ਗਿਆ ਸੰਜਗਤ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮਜੂਦਾ ਹਾਲਾਤਾਂ ਦੇ ਉੱਪਰ ਨੈਟ ਕੇ ਵਿਚਾਰ ਬਟਾਂਦਰਾ ਕੀਤਾ ਗਿਆ ਤੇ ਮਹਿਸੂਸ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਜਮੀਨ ਹੇਠਲਾ ਪਾਣੀ ਮਹਾਰਾ ਦੇ ਮੁਤਾਬਕ 2039 ਤੱਕ ਖਤਮ ਹੋ ਜਾਵੇਗਾ ਦੂਸਰੇ ਪਾਸੇ ਬਹੁਤ ਸਾਰੇ ਇਲਾਕਿਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦਾ ਸੰਕਟ ਦਰਪੇਸ਼ ਹੈ ਨਹਿਰੀ ਟਾਂਚਾ ਤਹਿਸ ਨਹਿਸ ਹੋ ਗਿਆ 17/1970 ਦੇ ਵਿੱਚ ਜਿਹੜਾ 45% ਦੇ ਰਕਬਾ ਨਹਿਰੀ ਸਿੰਚਾਈ ਦੇ ਹੇਠ ਸੀ ਉਹ ਹੁਣ ਘਟ ਕੇ 27% ਤੱਕ ਰਹਿ ਗਿਆ ਤੇ ਹਦਲੇ ਨਹਿਰਾਂ ਟਾਂਚੇ ਨੂੰ ਦੁਬਾਰਾ ਨਵੇਂ ਸਿਰੇ ਤੋਂ ਪੈਰਾ ਸਰਾ ਕਰਨ ਦੇ ਲਈ ਵੱਡੇ ਬੇਤਾ ਦੀ ਲੋੜ ਹੈ ਤੇ ਕਿਸਾਨ ਜ਼ਮੀਨ ਹਟਲੇ ਪਾਣੀ ਕਢਣ ਦੇ ਲਈ ਮਜਬੂਰ ਹੈ ਪੰਜਾਬੀ ਇਸ ਮਾਮਲੇ ਦੇ ਸਬੰਧੇ ਚਿੰਤਨ ਤੇ ਚਿੰਤਾ ਦੇ ਵਿੱਚ ਹਨ ਸ਼ੰਭੂ ਸਰਾਦਤ ਦੇ ਖੋਲਣ ਸਬੰਦੇ ਜਾਰੀ ਹੁਕਮਤ ਬਾਅਦ ਹਰਿਆਣੀਆਂ ਵੱਡੀਆਂ ਮੁਸ਼ਕਲਾਂ ਹੁਣ ਸਰਕਾਰ ਦੇ ਖਿਲਾਫ ਕਾਰਵਾਈ ਦੀ ਮੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ ਖੋਲਣ ਦੇ ਨਿਰਦੇਸ਼ਾਂ ਦੀ}{|\text{ਸ਼ਲਾਘਾ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਇਬਾਣੇ ਪਾਇਪਾਲ ਦੇ ਅਗਵਾਈ ਵਾਲੀ ਹਰਿਆਣਾ ਸਰਕਾਰ ਨੂੰ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਕਰਨ ਲਈ ਝਾੜਪਾਈ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਨੇ 5 ਮਹੀਨਿਆਂ ਤੋਂ ਬਾਅਦ ਸਮੇਂ ਤੋਂ ਜਨਤਾ ਕਾ ਆਵਾਜ਼ ਲਈ}} ਬੈਰੀਕੇਡਾ ਲਾ ਕੇ ਬੰਦ ਕਰ ਦਿੱਤਾ ਹਰਿਆਣਾ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕਿਸਾਨ ਪਾਇਪਾ ਦੇ ਅਗਵਾਈ ਵਾਲੇ ਕੇਂਦਰ ਸਰਕਾਰ ਦੇ ਵਿਰੋਧ ਦਾ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਜਾ ਰਹੇ ਸਨ ਜੋ ਕਿ ਇੱਕ ਲੋਕਤੰਤਰੀ ਢਾਂਚੇ ਦੇ ਵਿੱਚ ਲੋਕਾਂ ਦਾ ਅਧਿਕਾਰ ਹੈ ਬਾਈਬਾ ਨੇ 5 ਮਹੀਨਾ ਤੋਂ ਨੈਸ਼ਨਲ ਹਾਈਵੇ ਤੇ ਗੈਰ ਕਾਨੂੰਨੀ ਟੰਗ ਦੇ ਨਾਲ ਬੈਰੀਕੇਡਿੰਗਾ ਕਰਨ ਦੇ ਲਈ ਹਰਿਆਣਾ ਸਰਕਾਰ ਦੇ ਵਿਰੋਧ ਦਾ ਕਾਰਵਾਈ ਦੀ ਮੰਗ ਕੀਤੀ ਉਹਨਾਂ ਨੇ ਕਹਿ ਕੇ ਸਾਡੇ ਨੌਜਵਾਨ ਕਿਸਾਨਾਂ ਦੇ ਵਿੱਚ ਇੱਕ ਸ਼ੁਭ ਕਰਨ ਸੰਘਾ ਕਥਾ ਤੌਰ ਤੇ ਹਰਿਆਣਾ ਵਾਲੇ ਪਾਸੇ ਤੋਂ ਗੋਲੇਬਾਰੀ ਦੇ ਵਿਚ ਜਾ ਮਾਰਿਆ ਗਿਆ ਸੀ ਜਦੋਂ ਪੰਜਾਬੀ ਕਿਸਾਨ ਖਨੋਰੀ ਵਿਖੇ ਹਰਿਆਣਾ ਸਰਾਦਾ ਪਾਰ ਕਰਨ ਦੀ ਕੋਸ਼ਿਸ਼ ਕਰੇ ਸੰਤਾ ਇੱਕਾ ਹੋਰ ਇੱਕ ਕਿਸਾਨ ਪ੍ਰਤਪਾਲ ਸਿੰਘ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤੇ ਉਸਦੇ ਪਰਿਵਾਰ ਨੇ ਪਹਿਲਾਂ ਹੀ ਹਰਿਆਣਾ ਪੁਲਿਸ ਤੇ ਇਸ ਦਾ ਦੋਸ਼ ਲਾਇਆ ਹੈ ਇਸ ਤੋਂ ਇਲਾਵਾ ਪਹਿਲਾ ਸਟਨ ਦੇ ਕਾਰਨ ਕਈ ਕਿਸਾਨਾਂ ਦੀ ਨਜ਼ਰ ਵੀ ਚਲੀ ਗਈ ਅਗਲੀ ਖਬਰ ਡਰੱਗ ਕੈੱਦ ਬੈਚਾ ਵਿਕਰਮਾ ਮਜੀਠਾ ਨੂੰ ਮੌੜਾ ਸਮਨ ਜਾਰੀ ਆ ਕਾਲੀ ਦਲ ਪੜਕੇ ਸੀਮਾ ਭਗਵੰਤਮਾਨ ਆਮਣ ਸਾਹਮਣੇ ਬੈਠ ਕੇ ਹੀ ਨਿਵੇੜਾ ਕਰ ਲਵੇ ਕਰੋੜਾ ਰੁਪਏ ਦਾ ਡਰੱਗ ਤਸਕਰੀ ਮਾਮਲੇ ਦੇ ਜਾਂਚ ਕਰੇ ਵਿਸ਼ੇਸ਼ ਜਾਂਚ ਟੀਮ ਐਸਆਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਾ ਮਜੀਠਾ ਨੂੰ ਮੌੜਾ ਸਮਨ ਜਾਰੀ ਕੀਤਾ ਨ ਮਜੀਠਾ ਤੋਂ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਵਿਖੇ ਪਹੁੰਚ ਗੈ ਚਾ ਕੀਤੀ ਜਾਵੇਗੀ ਉਧਰ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪਾ ਕਲੀਨ ਨੇ ਕਹਿ ਕੇ ਸਰਕਾਰ ਸਿਆਸਤ ਤੋਂ ਪ੍ਰੇਰਿਤ ਇਸ ਮਾਮਲੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਆ ਸਰਕਾਰ ਅਦਾਲਤ ਵਿੱਚ ਸਬੂਤ ਪੇਸ਼ ਕਰਨ ਦੇ ਸਮਰਥ ਨਹੀਂ ਅਤੇ ਉਹਨਾਂ ਨੇ ਮੰਤਰੀ ਨੂੰ ਸਵਾਲ ਕੀਤਾ ਕਿ ਜੇ ਇਸ ਸਥਿਤੀ ਵਿੱਚ ਉਹ ਅਫਸਰ ਸ਼ਹੀਦਾ ਸਿਆਸੀ ਕਾਰਨ ਕਿਉਂ ਕਰਨ ਤੇ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਨੂੰ SRT ਦਾ ਮੁਖੀ ਬਣਾ ਕੇ ਖੁਦ ਜਾਂਚ ਕਰ ਲੈਣੀ ਚਾਹੀਦੀ ਆ ਅਮਨ ਸਾਹਮਣੇ ਬੈਠ ਕੇ ਮਾਮਲਾ ਨਵੇੜ ਦੇਣਾ ਸਰਕਾਰ ਦਾ ਪੈਸਾ ਤੇ ਸਮਾਂ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ ਐਸਆਈਟੀ ਨੇ ਮਜੀਠਿਆ ਨੂੰ ਪਿਛਲੇ ਮਹੀਨੇ ਨੋਟਸ ਭੇਜਿਆ ਸੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਾ ਕੀਤੀ ਸੀ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਨੂੰ ਬਾਰ-ਬਾਰ ਸੱਮਣ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ 8 ਜੁਲਾਈ ਤੱਕ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਰਾਹਤ ਦਿੱਤੀ ਸੀ ਇਹਦੇ ਨਾਲ ਹੀ ਪਿਛਲੇ ਸੁਨਬਾਈ ਤੇ ਐਸਐਟ ਨੇ ਸਮਾਨ ਵਾਪਸ ਲੈ ਲਈ ਸਨ ਅਗਲੀ ਖਬਰ ਪੰਜਾਬ ਦੇ ਵਿੱਚ ਅੱਜ ਤੋਂ ਐਕਟਿਵ ਹੋਵੇਗਾ ਮੌਨਸੂਨਾ 12 ਨੂੰ ਪੰਜ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਤੁਹਾਨੂੰ ਉਸਤ ਮੌਸਮਾ ਵਿਭਾਗ ਦਾ ਅਨੁਮਾਨ ਹੈ ਕਿ 12 ਤਰੀਕ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ ਇਹਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੱਲ੍ਹ ਸ਼ਾਮ ਅੰਮ੍ਰਿਤਸਰ ਦੇ ਵਿੱਚ ਵੀ ਮੀਂਹ ਪਿਆ ਜਦੋਂ ਕਿ ਪੰਜਾਬ ਦੇ ਬਾਕੀ ਹਿੱਸੇ ਮੀਂਹ ਦੀ ਉਡੀਕਾ ਦੇ ਵਿੱਚ ਰਹੇ ਅਤੇ ਸਵੇਰੇ ਦੇ ਮੌਸਮ ਵਿਭਾਗ ਦੇ ਜਾਣਕਾਰੀ ਦੇ ਅਨੁਸਾਰ ਔਸਤ ਤਾਪਮਨ ਦੇ ਵਿੱਚ ਲਗਭਗ 1.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਕੱਲ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਸਿਰ ਪਰ ਪਠਾਨਕੋਟ ਸ਼ਹਿਰ ਪਰ ਰੂਪਨਗਰ ਨਮਾ ਸ਼ਹਿਰ ਮਾਨਸਾਬ ਟਿੰਡਾ ਮਕਸਰ ਫਰੀਦਕੋਟ ਅਤੇ ਫਾਜ਼ਿਲਕਾਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਮੀਂਹ ਦੀ ਸੰਭਾਵਨਾ ਸਰਪਾ 25 ਤੋਂ ਲੈ ਕੇ 50 ਫੀਸਦੇ ਤੱਕ ਹੈ ਜਰੂਰ ਕਿ 12 ਜੁਲਾਈ ਨੂੰ ਪਠਾਨਕੋਟ ਦੇ ਵਿਚ ਜਾ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿਚ ਜਾ ਮੀਨੂ ਲੈ ਕੇ yellow alert ਜਾਰੀ ਕੀਤਾ ਗਿਆ ਹੈ ਮਹਿੰਗੇ ਕਰਜਾਂ ਤੋਂ ਨਹੀਂ ਮਿਲੇਗੀ ਰਾਹਤ ਆਰਬੇ ਗਵਰਨਰ ਨੇ ਕਿਹਾ ਮੰਗਾਈ ਦਰ ਟੀਚੇ ਤੋਂ ਜ਼ਿਆਦਾ ਇਸ ਸਮੇਂ ਮਹਿੰਗੇ ਕਰਜਾਂ ਤੇ ਮਿੰਗਾਂ EMI ਤੋਂ ਕੋਈ ਰਾਹਤ ਨਹੀਂ ਆ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਹਿ ਕੇ ਆਰਥਿਕ ਮホール ਦੇ ਵਿਚ ਜਾ ਅਸਥਿਰਤਾ ਤੁਮੇਂਗੇ 5% ਦੇ ਨੇੜੇ ਹੋਣ ਦੇ ਕਾਰਨ ਵਿਆਜ ਦਰਾਂ ਵਿੱਚ ਕਟੌਤੀ ਦੀ ਗੱਲ ਕਰਨਾ ਜਲਦਬਾਜੀ ਹੋਵੇਗੀ ਵਿਆਜ ਦਰਾਂ ਵਿੱਚ ਕਟੌਤੀ ਦੇ ਗੱਲ ਕਰਨਾ ਠੀਕ ਨਹੀਂ ਹੋਵੇਗਾ ਸ਼ਕਤੀਕਾਂਤ ਦਾਸ ਸੀਐਨਬੀ 24 ਟੀਵੀ 810 ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਸ਼ਕਤੀਕਾਂਤ ਦਾਸ ਨੇ ਕਹਿ ਕੇ ਭਾਰਤ ਸਮੇਤ ਪੂਰੀ ਦੁਨੀਆ ਭਰ ਦੇ ਵਿੱਚ ਮੌਜੂਦਾ ਸਮਰੇ ਵਿੱਚ ਆਰਥਿਕ ਸਥਿਤੀ ਅਨਿਸ਼ਚਿਤਤਾ ਬਣੀ ਹੋਈ ਹੈ ਤੇ ਜਿਹਦੇ ਵਿੱਚ ਬ्याज दरों ਵਿੱਚ ਕਟੌਤੀ ਦੀ ਗੱਲ ਕਰਨਾ ਠੀਕ ਨਹੀਂ ਹੋਵੇਗਾ। ਉਹਨਾਂ ਨੇ ਕਹਿ ਕੇ ਪਰਚੂਨ ਮੰਗਾਈ ਦਰ ਹਜੇ ਵੀ 5% ਦੇ ਨੇੜੇ ਅਤੇ ਅਤੇ ਜੋ ਸਰਵੇਖਣ ਸਾਹਮਣੇ ਆ ਰਹੇ ਹਨ ਤੇ ਉਹਨਾਂ ਦੇ ਮੁਤਾਬਕ ਮਹਿੰਗਾਈ ਦਰ 5% ਦੇ ਨੇੜੇ ਰਹਿ ਸਕਦੀ ਹੈ। ਜਿਹਦੇ ਵਿੱਚ ਬ्याज दरों ਵਿੱਚ ਕਟੌਤੀ ਦੀ ਗੱਲ ਕਰਨਾ ਜਲਦਬਾਜ਼ੀ ਹੋਵੇਗੀ ਆਰਬੀਆਈ ਗਵਰਨਰ ਨੇ ਕਹਿ ਕੇ ਮੈਂ ਕੋਈ ਗਲਤ ਮਾਰਗਦਰਸ਼ਨ ਨਹੀਂ ਦੇਵਾਂਗਾ ਤੇ ਜਿਸ ਦੇ ਕਾਰਨ ਮਾਰਕੀਟ ਦੇ ਖਿਡਾਰੀ ਹਿੱਸਦਾਰ ਅਤੇ ਹੋਰ ਆ ਲੋਕਾ ਗਲਤ ਰੇਲਗੱਡੀ ਤੇ ਸਵਾਰ ਹੋ ਜਾਣ। ਅਗਲੀ ਖਬਰ ਬੰਧਵਨੀ ਚਾਹੀਦੇ ਮਾਫਤਾ ਬੇਲੇ ਜਾਣੋ ਕੇਸ ਨੇ ਦਿੱਤੇ ਮੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਨੂੰ ਸਲਾਹ। ਤੁਹਾਨੂੰ ਉਸ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਮਾਫਤਾ ਬੇਲੇ ਦੇ ਸਕੀਮ ਨੂੰ ਬੰਦ ਕਰਨ ਦੀ ਸਲਾਹ ਦੇਦੇ ਸਾਬਕਾ ਆਰਥਿਕ ਸਲਾਹਕਾਰ ਅਰਬਿੰਦਾ ਸੁਬਰਾਮਨੰਮਿਅਮ ਦੇ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਗਿਆ ਐਸਐਸਲਾਹ ਦੇ ਨਾਲ ਹੀ ਸਾਫ ਤੌਰ ਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਮੁਫਤ ਸਕੀਮਾਂ ਹਮੇਸ਼ਾ ਹੀ ਸਰਕਾਰੀ ਖਜ਼ਾਨੇ ਤੇ ਬੋਝ ਰਹੀਆਂ ਤੇ ਇਹਨਾਂ ਨੂੰ ਬੰਦ ਕੀਤੇ ਬਿਨਾ ਖਜ਼ਾਨੇ ਨੂੰ ਵਾਪਸ ਪਾਟੜੀ ਤੇ ਨਹੀਂ ਲਿਆਂਦਾ ਜਾ ਸਕਦਾ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲ ਐਸਐਸਲਾਹ ਬਾਰੇ ਫਿਲਹਾਲ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਮੌਜੂਦਾ ਸਰਕਾਰ ਐਸ ਸਕੀਮ ਨੂੰ ਬੰਦ ਕਰਨ ਦੇ ਲਈ ਤਿਆਰ ਨਹੀਂ ਪਰ ਆਮ ਆਦਮੀ ਪਾਰਟੀ ਤਨਸੋ ਜਨਤਾ ਮਾਫਤ ਬੇਲੇ ਦੇ ਬਾਦੇ ਦੇ ਨਾਲ ਹੀ ਸਰਕਾਰ ਹੁੰਦੇ ਵਿੱਚ ਆਈ ਹੈ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੇਖਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨਮਿਅਮ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸਿਆਸਤ ਮੀਟਿੰਗ ਦੇ ਵਿੱਚ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦੇ ਆਰਥਿਕ ਸਥਿਤੀ ਤੇ ਚਰਚਾ ਕਰਦੇ ਉਹਨਾਂ ਤਮਾਦਤਾਂ ਮੰਗੇ ਗਏ ਸ ਤੇ ਉਹ ਆਪਣੇ ਤਿਆਰਬੇ ਦੇ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋ ਕਾਝ ਸਮਾਂ ਪੰਜਾਬ ਨੂੰ ਦੇਣ ਤਾਂ ਅਰਵਿੰਦਾ ਸੁਬ੍ਰਾਹਮਣਮਿਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮਦਦ ਕਰਨ ਦਾ ਭਰੋਸਾ ਦਿੰਦੇ ਹੋ ਕਿਹਾ ਗਿਆ ਸੀ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਮਾਫਤਾ ਬਈਲੇ ਤੋਂ ਆਪਣੇ ਆਪ ਨੂੰ ਦੂਰ ਕਰਨਾ ਪਵੇਗਾ ਸੀਮਾ ਮਾਨ ਦੇ ਬਦੌਲਤ ਗਰੀਬਾ ਬਜ਼ੁਰਗ ਦੇ ਚਿਹਰੇ ਤੇ ਆਇ ਮਸਕਾਨ 8 ਲੱਖ 30 ਹਜ਼ਾਰ ਰੁਪਏ ਦੀ ਦਿੱਤੀ ਵਿੱਤੀ ਮਦਦ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ ਪਿੰਡ ਦੇ ਵਿੱਚ 2 ਮਹੀਨੇ ਪਹਿਲਾਂ ਇੱਕ ਬਜ਼ੁਰਗ ਦੀਆਂ 40 ਬੱਕਰੀਆਂ ਅੱਗ ਦੇ ਲਪੇਟ ਦਬੱਚ ਆਉਣ ਦੇ ਕਾਰਨ ਮੌਤ ਹੋ ਗਈ ਸੀ ਆਸਬ ਬਜ਼ੁਰਗ ਨੂੰ ਪੰਜਾਬ ਸਰਕਾਰ ਨੇ 8 ਲੱਖ 23000 ਰੁਪਏ ਦੇ ਵਿੱਤੀ ਸਹਾਇਤਾ ਦਿੱਤੇ ਬਾਜ਼ੁਰਗਾ ਚੈੱਕ ਲੈਣ ਦੇ ਦੌਰਾਨ ਭਾਵਕ ਹੋ ਗਿਆ ਸਦਰਨ ਐਮ ਐਲ اے ਨਰਿੰਦਰ ਕੌਰਾ ਭਰਾਏ ਨੇ ਬਜ਼ੁਰਗ ਦੇ ਹੰਝੂ ਪੂੰਝੇ ਬਜ਼ੁਰਗ ਨੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਕਿ ਜਤਨ ਤੋਂ ਬਾਅਦ ਕੋਈ ਵੀ ਲੀਡਰ ਸਾਰ ਨਹੀਂ ਲੈਂਦਾ ਪਰ ਮੇਰੇ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਮੇਰੇ ਨਾਲ ਮੁੱਢੇ ਦੇ ਨਾਲ ਮੁੱਢਾ ਲਾ ਕੇ ਕੜ ਗਈ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਬਜ਼ੁਰਗਾ ਮੋਹਨਾ ਸੰਗਤੰਗਾ 40 ਬੱਕਰੀਆਂ ਕਣਕ ਦੇ ਣਾੜ ਨੂੰ ਆਗ ਲੱਗਣ ਦੇ ਕਾਰਨ ਮੱਚ ਗਈਆਂ ਸੀ ਜਿਸ ਤੋਂ ਬਾਅਦ ਬਜ਼ੁਰਗ ਦੇ ਅਥਰੂਆਂ ਨੇ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਭਰ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਜਿਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਨੇ ਬਜ਼ੁਰਗ ਦੀ ਆਪਣੇ ਪਦਰ ਤੇ ਮਦਦ ਵੀ ਕੀਤੀ ਹੁਣ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਪਰਾਲੇ ਦੇ ਸਾਦਕਾ ਅਸ ਬਜ਼ੁਰਗ ਨੂੰ ਸਰਕਾਰੀ ਫੰਡ ਦੇ ਵਿੱਚ 8 ਲੱਖ 30000 ਰੁਪਏ ਦੇ ਬਿੱਤੇ ਰਾਸ਼ੀ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਅਗਵਾਹੀ ਦੇ ਹੇਠ ਸੁੰਪੀ ਗਈ ਪੰਜਾਬ ਦੇ ਵਿੱਚ ਜਮੀਨਾਂ ਦੇ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਮਿਲੀ ਵੱਡੀ ਰਾਹਤ ਪੰਜਾਬ ਸਰਕਾਰ ਨੇ ਐਨ ਜੀ ਡੀ ਆਰ ਐਸ ਪੋਰਟਲ ਦੇ ਬਿੱਚ ਨਾਮਾ ਵਕਾਲ ਪਾਟਾ ਦਿੱਤਾ ਗਿਆ ਤੇ ਜਿਸ ਦੇ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪ੍ਰਮਾਣਿਤ ਗੈਰ ਪ੍ਰਮਾਣਿਤ ਕਲੋਨੀ ਅਤੇ ਕਲੋਨੀ ਲਾਇਸੈਂਸ ਨੰਬਰ ਟੀ ਐਸ ਨੰਬਰ ਆਦਿ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪੋਰਟਲ ਦੇ ਬੱਚਾ ਲਾਇਸੈਂਸ ਜਾਰੀ ਕਰਨ ਦੇ ਮੱਤੇ ਕਲੋਨੀ ਦਾ ਨਾਮ ਅਤੇ ਕਲੋਨਾਈਜ਼ਰ ਦਾ ਪੈਨ ਨੰਬਰ ਵਰਗੀ ਜਾਣਕਾਰੀ ਭਰਨ ਦੇ ਲਈ ਇੱਕ ਨਵਾਂ ਵਿਕਲਪ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ ਐਸ ਨਵੇਂ ਵਿਕਲਪ ਨੂੰ ਖਤਮ ਕਰਨ ਦੇ ਨਾਲ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲਿਆ ਤੇ ਉਹਨਾਂ 95 ਤੋਂ ਪਹਿਲਾਂ ਖਰੀਦੇ ਗਏ ਪਲਾਟਾਂ ਤੋਂ ਇਲਾਵਾ 50 ਸਾਲ ਜਾਂ ਇਸ ਤੋਂ ਵੱਧ ਦੀ ਆਵਾਦੇ ਵਾਲੇ ਰੈੱਡ ਲਾਈਨ ਬਾਰਗੇ ਰਹਾਇਸ਼ੀ ਇਲਾਕੇ ਅੰਦਰ ਰਜਿਸਟਰੀ ਸ਼ੁਰੂ ਹੋ ਗਈ ਹੈ ਤੇ ਸੁਬੇ ਦੇ ਕਈ ਕਲੋਨਾਈਜ਼ਰਾਂ ਨੇ ਕਰੀਬ 30 ਸਾਲ ਪਹਿਲਾਂ ਸਸਤੀ ਖੇਤੀਬਾੜੀ ਜ਼ਮੀਨਾਂ ਖਰੀਦ ਕੇ ਅਨਅਧਿਕਾਰਤ ਕਲੋਨੀਆਂ ਬਣਾਈਆਂ ਸਨ ਤੇ ਇਨ੍ਹਾਂ ਅਨਅਧਿਕਾਰਤ ਕਲੋਨੀਆਂ ਦੇ ਵਿੱਚ ਸ਼ਹਿਰੀ ਸੰਸਥਾਵਾਂ ਦੇ ਵੱਲੋਂ ਪਾਣੀ ਸੀਵਰੇਜ ਅਤੇ ਸੜਕਾਂ ਦੀ ਸੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਆ ਪਰ ਐਨਓਸੀ ਦੀ ਹਾਲਤ ਖਾਸ਼ਤਾ ਹੋਣ ਦੇ ਕਾਰਨ ਪਲਾਟਾਂ ਦੇ ਰਜਿਸਟਰੀ ਨਹੀਂ ਹੋ ਪਾਰੀ ਜਿਹਦੇ ਕਾਰਨ ਲੋਕ ਆ ਪਰੇਸ਼ਾਨ ਹੰਤੇ ਸਾਲ ਫਰਵਰੀ ਮਹੀਨੇ ਰਾਜ ਸਰਕਾਰ ਨੇ ਰਾਏ ਦੇ ਬੈਚਰ ਹਾਈਸ਼ੀ ਪਲਾਟਾਂ ਦੇ ਰਜਿਸਟਰੀ ਤੇ ਲਗਭਗ 3 ਸਾਲਾਂ ਤੋਂ ਲਾਗੂ ਐਨਓਸੀ ਦੀ ਸ਼ਰਤ ਨੂੰ ਖਾਤਮਾ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਤੱਕ ਕੋਈ ਵੀ ਨੋਟੀਫਿਕੇਸ਼ਨ ਨਾ ਹੋਣ ਦੇ ਕਾਰਨ ਲੋਕ ਆ ਪਰੇਸ਼ਾਨ ਹੋ ਰਹੇ ਹਨ